ਏ ਰੁਪਿੰਦਰ ਕਿੱਥੇ ਹੈ? ਓਏ ਰੁਪਿੰਦਰ! ਓ ਜੀ, ਤੁਹਾਨੂੰ ਮੇਰੀ ਸੌਂਹ ਜੇ ਮੁੰਡੇ ਨੂੰ ਕੁਝ ਕਿਹਾ? ਰੁਪਿੰਦਰ, ਇਹ ਕੀ ਸੁਣ ਰਿਹਾ ਮੈਂ? ਬਹੁਤ ਅਫਸੋਸ ਹੋਇਆ। ਤੂੰ ਮੇਰੇ ਕੋਲ ਗੱਲ ਕੋਈ, ਆਪਣੇ ਡੈਡ ਕੋਲੋਂ ਇੱਕ ਵਾਰ ਤਾਂ ਗੱਲ ਕਰਦਾ ਮੇਰੇ ਨਾਲ। ਨਾਲੇ ਇਹ ਤੂੰ ਕਿਵੇਂ ਸੋਚ ਲਿਆ ਕਿ ਮੈਂ ਤੇਰੇ ਨਾਲ ਨਹੀਂ ਖੜੂੰਗਾ? ਸੌਰੀ ਡੈਡ, ਲਵ ਯੂ ਡੈਡ। ਦਿਲ ਨਹੀਂ ਛੱਡੀਦਾ ਹੁੰਦਾ ਤੈਨੂੰ, ਜਿਹੜਾ ਪੰਜਾਬ ਨੂੰ ਲਾਈਟਲੀ ਲੈਂਦਾ ਨਾ। ਹੁਣ ਇਹਨੂੰ ਦੱਸਾਂਗੇ ਯੂਕੇ ਵਾਲੇ ਬਣ ਕੇ ਕੀ ਭਾਅ ਵਿਕਦੀ ਹੈ। ਓਏ ਖੜੀ ਕੀ ਕਰਦੀ ਹੈ ਪੜੀਏ ਮਾਨ ਸਿੰਘ, ਖਿੱਚ ਤਿਆਰੀ। ਯੈਸ ਯੈਸ, ਪੰਜਾਬ ਆਲ ਰਾਈਟ ਆਲ ਰਾਈਟ। ਓ ਨਹੀਂ ਯਾਰ, ਇਹ ਨਹੀਂ ਠੀਕ। ਓ ਮੈਡਮ, ਆ ਕਿਹੜੇ ਯੱਬ ਨੂੰ ਪੜਾਤਾ ਯਾਰ ਮੈਨੂੰ? ਸਰਦਾਰ ਸਾਹਿਬ, ਜ਼ਰਾ ਸਿੰਸੀਅਰਲੀ ਯਾਦ ਕਰੋ। ਓ ਯਾਦ ਹੀ ਤਾਂ ਕਰੀ ਜਾਂਦੇ ਆ ਕਦੋਂ ਦੇ। ਚਲੋ ਹੁਣ ਮੇਰਾ ਵੀ ਸੁਣ ਲਓ। ਹਾਂ, ਉਹ ਕਿੱਦਾਂ ਮੈਂ ਨੂੰ ਤਾਂ ਪੰਜਾਬ ਤੋਂ ਲਿਆਉਣੀ ਸੀ, ਨਹੀਂ ਨਹੀਂ ਮੰਗਾਉਣੀ ਸੀ, ਮੰਗਾਉਣੀ ਹੈ। ਨਹੀਂ ਇਹ ਵੀ ਨਹੀਂ ਸੀ। ਕਿੱਦਾਂ ਮੈਂ ਨੂੰ ਤਾਂ ਪੰਜਾਬ ਤੋਂ ਹੀ ਮੰਗਦੀ ਸੀ, ਇਹ ਮੰਗਦੀ ਆ ਤੇ ਹੁੰਦੇ ਬਾਹਰਲੇ। ਲੈ ਹੁਣ ਮੈਥੋਂ ਵੀ ਸੁਣ। ਉਹ ਕਿੱਦਾਂ ਜੀਆਂ ਜਿੱਦਾਂ ਅੱਗੇ ਨੀ ਡਾਉਣ ਕਰਨੇ ਹੀ ਪੈਂਦੇ ਆ। ਆ ਗਿਆ ਪਕੜ ਚ, ਹੁਣ ਨਹੀਂ ਆਪਾਂ ਲਈਦੇ। ਆ ਗਿਆ ਦੀ ਤੇਰੀ ਇਸ ਤਰ੍ਹਾਂ ਪਹਿਲੀ ਵਾਰ ਹੁੰਦੀ ਦੇਖੀ ਜਿੱਦਾਂ। ਹਾਂ, ਲੈ ਮੈਨੂੰ ਵੀ ਬੋਲਣਾ ਆ ਗਿਆ ਜਿੱਦਾਂ। ਇੰਨਾ ਟਾਈਮ ਹੋ ਗਿਆ ਫੇਸਬੁੱਕ ਤੇ ਸਟੇਟਸ ਪਾਈ, ਮੁੰਡੇ ਵੀ ਪਹੁੰਚਦੇ ਹੋਣਗੇ। ਵੇ ਮੁੰਡਿਓ, ਆ ਲੋ ਪ੍ਰਸ਼ਾਦ, ਅੱਜ ਸੰਗਰਾਂਦ ਹੈ। ਵਾਹਿਗੁਰੂ ਸਾਡਾ ਦੇਸੀਆਂ ਦਾ ਦੇਸੀ ਵੀ ਨਾ ਚੜਿਆ ਅੱਜ। ਐ ਵੀ ਤਾਂ ਦੇਸੀ ਹੀ ਨੇ, ਕਿਹੜਾ ਵਲੈਤੀ ਆ। ਅਸੀਂ ਤਾਂ ਮੁਣੀ ਵੀਰੇ ਤੋਂ ਹੈਲਪ ਲੈਣੀ ਹੈ, ਤੂੰ ਸ਼ਰੇਆ ਮੈਂ ਦੱਸੀ ਜੰਨਾ। ਨਹੀਂ, ਸੰਗਰਾਂਦ ਤਾਂ ਜੇ ਹੈਗੀ ਹੈ ਫਿਰ ਗੁਰਦੁਆਰੇ ਜਾ ਕੇ ਸਪੀਕਰ ਚ ਹੀ ਬੋਲਿਆ। ਭਾਈ ਨਗਰ ਖੇੜੇ ਨੂੰ ਬੇਨਤੀ ਕੀਤੀ ਜਾਂਦੀ ਹੈ, ਦੋ ਨਕਲੀ ਯੂਕੇ ਵਾਲੇ ਪਿੰਡ ਚ ਫਿਰਦੇ ਆ, ਕੁੰਡੇ ਜਿੰਦੇ ਲਾ ਲੋ, ਦਲੀਪ ਸਿੰਘ ਦੀ ਕੁੜੀ ਨੂੰ ਖਤਰਾ। ਤੂੰ ਤਾਂ ਦਿਲ ਨੂੰ ਲਾ ਗਿਆ, ਮੈਂ ਤਾਂ ਚੌੜ ਕਰਦਾ ਸੀ ਯਾਰ। ਤੇਰੀ ਚੌੜ ਚ ਸਾਡਾ ਝੁੱਗਾ ਚੌੜ ਹੋ ਜਾਣਾ, ਟਕਿਆ ਰਹਿ। ਰੂ ਭਾਈ, ਮੈਨੂੰ ਤਾਂ ਤੇਰੇ ਵਾਲੀ ਕਹਾਣੀ ਨਾ ਧੀਦੋ ਰਾਂਝੇ ਦੀ ਕਹਾਣੀ ਨੂੰ ਵੀ ਖੂੰਜੇ ਲਾਓ। ਲੈ ਕਿੱਦਾਂ ਬੈਠ ਬੈਠ ਗੱਲਾਂ ਖਾਦਾ ਆ, ਧੀਦੋ ਰਾਂਝੇ ਤਾਂ ਕਿੱਦਾਂ ਮੈਨਸਾਂ ਦੇ ਮਗਰ ਫੈਰ ਫੋੜ ਕੇ ਕਿਤੇ ਸਾਹ ਦਲ ਨੂੰ ਹੋ ਤੁਰਿਆ ਸੀ, ਅਸੀਂ ਤਾਂ ਕਿੱਦਾਂ ਵਿਆਹ ਕੇ ਲੈ ਕੇ ਜਾਣੀ ਆ ਕਿੱਦਾਂ। ਹਾਂ, ਚਿੰਤਾ ਨਾ ਕਰੋ, ਗੁਰੂ ਦਾ ਪ੍ਰਸ਼ਾਦ ਮਿਲ ਤਾਂ ਗਿਆ, ਹੁਣ ਤਾਂ ਬਾਜੇ ਵਾਲਿਆਂ ਨੂੰ ਸਾਈ ਬਣਾਓ ਬਸ। ਕਦ ਬੁਲਾਈਏ ਘਰਦਿਆਂ ਨੂੰ? ਨੇ ਕੰਮ ਚ ਦੇਰ ਕਾਹਦੀ, ਹੱਥ ਨੂੰ ਹੀ ਜਾਣਾ। ਆਹ ਬਣੀ ਨਾ ਗੱਲ। ਨਾ ਨਾ, ਹੱਥ ਨੂੰ ਕਾਹਨੂੰ ਹੁਣੇ ਜਾਇਆ, ਹੱਥ ਨੂੰ ਸਹੁਰਿਆਂ ਤੂੰ ਜਾਣ ਜੋਗਾ ਨੀ ਰਹਿੰਦਾ। ਬਾਲਾ ਬੇਤੀ ਹੋ ਗਿਆ ਮੇਰਾ। ਕੀ ਨਾਂ ਆ ਬੀਬਾ ਦਾ ਜੀ? ਗੁਰਦਿਸ਼ਾ। ਗੁਰੂ ਦਿਸ਼ਾ, ਨਾਈਸ ਨੇਮ ਯਾ, ਜਿੱਦਾਂ ਕਿ ਬਹੁਤ ਹੀ ਰੇਅਰ ਨਾ ਰੱਖਿਆ ਧੀ ਰਾਣੀ ਦਾ। ਓ ਯਾ ਯਾ ਯਾ, ਜਿੱਦਾਂ ਦਾ ਨਾਂ ਆ ਓਦਾਂ ਦੀ ਸੂਰਤ ਸੀਰਤ ਆ ਤੁਹਾਡੀ ਬੇਟੀ ਦੀ। ਹੁਣ ਤਾਂ ਤੁਹਾਡੀ ਹੋਈ ਬੇਟੀ ਹੈ ਜੀ, ਸਾਡੇ ਕੋਲ ਤਾਂ ਇਹ ਹੁਣ ਗੈਸਟ ਬਣ ਕੇ ਆਇਆ ਕਰੂ। ਸਾਡੇ ਬੰਨਿਓ ਭਾਵਾਂ ਦੂਜੇ ਦਿਨ ਗੇੜਾ ਮਾਰਿਆ ਕਰੇ, ਅਸੀਂ ਕਿਹੜੇ ਸਹੁਰੇ ਵਾਂਗੂ ਰੱਖਣੀ ਹੈ। ਯੂਸੀ ਯੂਸੀ ਬੋਲਦਾ ਆ ਨਾ 30 ਸਾਲ ਪਹਿਲਾਂ ਵਾਂਗ ਹੀ। ਯੂ ਨੋ, ਮੈਂ ਮੇਰੀ ਵਾਈਫ ਨੂੰ ਕਿਹਾ ਸੀ ਕਿ ਮੈਂ ਪੰਜਾਬ ਚ ਦੇਸੀ ਬੋਲਣ ਦੀ ਟ੍ਰਾਈ ਕਰਾਂਗਾ, ਪਰ ਮੈਂ ਕਿਹਾ ਸੀ ਨਹੀਂ ਬੋਲ ਸਕੋਗੇ, ਭੁੱਲ ਗਏ ਹੋਗੇ। ਕਿੱਥੇ ਭੁੱਲਿਆ ਡਾਰਲਿੰਗ, ਕਿੱਥੇ ਭੁੱਲਿਆ। ਹੇ ਡੈਡ, ਯੂ ਸਪੀਕ ਸੋ ਵੈਲ, ਕਿਦਾਂ ਲਾਈਕ ਇਟ, ਨਾਈਸ ਯਾ। ਮੈਂ ਤਾਂ ਆਪ ਹੁਣ ਅੰਕਲ ਕੋਲੋਂ ਦੇਸੀ ਬੋਲਣ ਦੀ ਕਿਦਾਂ ਕੋਚਿੰਗ ਲੈਣੀ ਆ। ਚਲੋ ਜੀ, ਇਹ ਗੱਲਾਂ ਤਾਂ ਸਾਰੀ ਉਮਰ ਹੁੰਦੀਆਂ ਰਹਿਣੀਆਂ ਨੇ, ਹੁਣ ਆਪਾਂ ਇਹ ਦੇਖੀਏ ਵੀ ਮੰਗਣੀ ਕਦੀ ਰੱਖਣੇ ਤੇ ਵਿਆਹ ਕਦਾ। ਕਿਉਂ ਜੀ, ਵਿਚੋਲਾ ਤਾਂ ਵਿਹਲਾ ਹੋਣ ਨੂੰ ਫਿਰਦਾ ਹੈ, ਸਾਨੂੰ ਤਾਂ ਜਿਵੇਂ ਭੈਣ ਜੀ ਹੋਰੀ ਕਹਿਣਗੇ ਮਨਜ਼ੂਰ ਹੈ ਜੀ। ਦੇਖੋ, ਜਿੱਦਾਂ ਅਸੀਂ ਨਾ ਸ਼ੋਅ ਚ ਬਿਲਕੁਲ ਬਿਲੀਵ ਨਹੀਂ ਕਰਦੇ, ਅਸੀਂ ਬੇਟੀ ਨੂੰ ਨਾ ਜਿੱਦਾਂ ਲਾਈਕ ਚੁੰਨੀ ਚੜਾ ਕੇ ਲੈ ਜਾਂਗੇ, ਨੋ ਫਾਲਤੂ ਮਨੀ ਵੇਸਟ ਕਰਨਾ ਜਿੱਦਾਂ, ਤੇ ਨਾ ਹੀ ਕੋਈ ਗਿਫਟ ਲੈਣਾ ਆ। ਉਹ ਅੱਜ ਕੱਲ ਕੀ ਪੰਜਾਬ ਚ ਰਿਵਾਜ ਆ, ਬੈਠ ਗਿਆ ਕੀ ਆਂਦੇ ਆ ਉਹਨੂੰ, ਦਾਦੇ ਜੀ। ਯਾ ਯਾ ਯਾ, ਨੋ ਦਾਜ ਨੋ ਦਹੇ, ਓਨਲੀ ਬੇਟੀ।
मतलब बचोले नू भी छांप नहीं पाऊगी ले किदा कहंदे आ ना चोर नालों पंड काली आ तेनू किदा पहला छगी फुल कढ़ा देवांगी और कुड़ियां लई हुंदा डीजे हुण ना कहदी वी सेम ही आ किदा बड़ावा तू किन्ना ही ओदा ठीक आ तेरी कंट्री आ वेखो जी ताज दहेज वाली गल ना करियो जिदा खुश कीता गरेवाल साहब ए है जी बाहर लियां दी सोच इसे करके मैं अपनी धी दा विआह बाहर करना चाहना मैं तो कहना है फिर कमिंग संडे नु आपा सारा कुछ किदा फाइनल कर लेनी है किदा किंदी तू की कहंदी है ਜਿਵੇਂ ਵੱਡੇ ਫੈਸਲਾ ਕਰਨਗੇ ਕਿੰਦਰੋਂ ਮੈਂ ਆਪਣੇ ਡੈਡੀ ਨੂੰ ਦੱਸ ਦੇਗੀ ਓ ਆਲ ਰਾਈਟ ਯਾ ਕਿਦਾਂ ਸੰਡੇ ਫਾਈਨਲ ਕਰ ਲੈਨੇ ਆ ਯੈਪ ਯੈ ਬੜਾ ਕਾਲਾ ਹੋਇਆ ਆ ਕਿਦਾਂ ਹੈ ਵੱਡਿਆਂ ਚ ਨਹੀਂ ਬੋਲੀਦਾ ਹੁੰਦਾ ਪੁੱਤਰ ਪਰ ਆਲ ਰਾਈਟ ਯਾ ਹਾਂਜੀ ਫਿਰ ਸੰਡੇ ਨੂੰ ਆਉਣੇ ਜੀ ਜਿੱਦਾਂ ਤੁਹਾਡੇ ਕੋਲ ਹੈ ਸਤਿ ਵਜਨ ਜੀ ਟਿਲੋ ਸਾਹਿਬ ਹੀਰ ਆਈ ਬਟ ਦੱਸੋਦਾ ਸੀ ਹੋਇਆ ਕੀ ਹੈ ਦੇਖੋ ਜੀ ਮੈਂ ਜਾਣਦਾ ਤੁਸੀਂ ਅੱਛੇ ਲੋਕ ਹੋ ਪਰ ਮੈਂ ਕਿਤੇ ਹੋਰ ਹਾਂ ਕਰ ਦਿੱਤੀ ਹੈ ਉਹ ਮੁੰਡਾ ਵੀ ਤਾਂ ਐਨਆਰਆਈ ਹੈ ਡਸ ਨਾਟ ਗੁੱਡ ਲੁੱਕ ਟਿਲੋ ਸਾਹਿਬ ਪਤਾ ਮੈਂ ਲੋਟਸ ਆਫ ਕੁੜੀਆਂ ਵਿੱਚੋਂ ਇੱਕ ਵੀ ਕੁੜੀ ਨਹੀਂ ਦੇਖੀ ਬਿਕੋਜ਼ ਮੀ ਵੈਰੀ ਮਚ ਲੁੱਕ ਔਨ ਯੂ ਟਿਲੋ ਸਾਹਿਬ ਮੈਂ ਤਾਂ ਹੋਰ ਗੱਲ ਨਹੀਂ ਹੋ ਰਹੀ ਪਲੀਜ਼ ਟਾਕ ਟੂ ਲਵਲੀ ਗੱਲ ਕਰੇ ਤਾਂ ਮੁੱਕਰ ਗਿਆ ਟਿਲੋ ਸਾਹਿਬ ਕੀ ਹੋਇਆ ਦੇਖੋ ਲਵਲੀ ਜੀ ਅਸੀਂ ਤੁਹਾਨੂੰ ਕੋਈ ਹਾਂ ਤਾਂ ਕੀਤੀ ਨਹੀਂ ਸੀ ਪਰ ਸਾਨੂੰ ਤਾਂ ਪੂਰੀ ਹੋਪ ਸੀ ਟਿਲੋ ਸਾਹਿਬ ਤੁਹਾਨੂੰ ਪਤਾ ਸਾਡਾ ਵਿਚਾਰਾ ਮਿੰਟੂ ਪੂਰਾ ਦਿਨ ਫੇਸਬੁੱਕ ਤੇ ਤੁਹਾਡੀ ਬੇਟੀ ਦਾ ਹੀ ਫੇਸ ਦੇਖਦਾ ਰਹਿੰਦਾ ਹੈ ਦੇਖਦਾ ਰਹਿੰਦਾ ਹੈ ਕੋਈ ਗੱਲ ਨਹੀਂ ਜੀ ਹੁਣ ਤੁਸੀਂ ਮਿੰਟੂ ਨੂੰ ਕਹਿ ਦਿਓ ਕਿ ਦਿਸ਼ਾ ਦਾ ਫੇਸ ਫੇਸਬੁੱਕ ਤੇ ਦੇਖਣਾ ਬੰਦ ਕਰ ਦੇ ਚੰਗਾ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਕੱਟ ਗਿਆ ਹਾਏ ਓ ਰੱਬਾ ਪਤਾ ਨਹੀਂ ਕਿਹੜਾ ਬਹਿ ਗਿਆ ਸਾਡੇ ਜੋੜਾਂ 'ਚ ਆਈ ਨੋ ਬੈਡ ਲੱਕ ਬੈਡ ਲੱਕ ਤਾਂ ਹੁਣ ਗੁੱਡ ਕਰਕੇ ਹਟੂ ਸਾਮੀ ਤਕੜੀ ਹੈ ਤੇਰੇ ਚੱਕਰਾਂ ਚ ਨਾ ਕਮਜ ਪਈਆ ਜੇ ਤੂੰ ਮੇਰਾ ਮਨੀ ਉਸ ਕਸੀਨੋ ਚ ਪੇਸਟ ਨਾ ਕੀਤਾ ਹੁੰਦਾ ਤਾਂ ਕੀ ਤਾਂ ਫਿਰ ਕੀ ਗਾਹ ਤੂੰ ਇੰਗਲੈਂਡ ਦੀ ਮਹਾਰਾਣੀ ਨਾਲ ਕੁਰਸੀ ਢਾ ਕੇ ਬੈਠੇ ਹੋਣਾ ਸੀ ਕਰਦੀ ਐ ਗੱਲਾਂ ਪਿਛਲੀ ਛੱਡ ਹੁਣ ਗਾਹ ਦੇਖ ਸੌਰੀ ਡਾਰਲਿੰਗ ਮੈਂ ਗੁੱਸੇ ਨਾਲ ਥੋੜੀ ਕਿਹਾ ਸੀ ਨਾਲੇ ਆਪਾਂ ਦੁਨੀਆ ਤੇ ਟੈਨਸ਼ਨ ਲੈਣ ਨਹੀਂ ਟੈਨਸ਼ਨ ਦੇਣ ਆਇਆ ਕਰਦੇ ਆ ਕੁਛ ਬਰੀ ਵੀ ਨਾਟ ਯੈਸ ਇੱਕ ਤਾਂ ਪਲੀਜ਼ ਆਪਣੀ ਅੰਗਰੇਜ਼ੀ ਮੇਰੇ ਤੇ ਨਾ ਝਾੜਿਆ ਕਰ ਓ ਸੌਰੀ ਮੈਂ ਭੁੱਲ ਗਿਆ ਸੀ ਤੂੰ ਤਾਂ ਮੇਰੇ ਘਰ ਦੇ ਘਰ ਵਾਲੀ ਐ ਕਦੇ ਕਦੇ ਤਾਂ ਸੀਰੀਅਸ ਹੋ ਜਾਇਆ ਕਰ ਆਲ ਦਾ ਟਾਈਮ ਕਮੜੀ 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 ਹੈ ਕਮੜੀ ਕਹਿੰਦੀ ਸੀਰੀਅਸ ਹੋ ਜਾਇਆ ਕਰ ਓਏ ਆਪਾਂ ਥੋੜੀ ਸੀਰੀਅਸ ਹੋਣਾ ਸੀਰੀਅਸ ਤਾਂ ਲੋਕਾਂ ਨੂੰ ਕਰਨਾ ਹੈ ਤੂੰ ਤਾਂ ਵਿਆਹ ਤੋਂ ਪਹਿਲੇ ਕਿਦਾਂ ਮੇਰਾ ਏਟੀਐਮ ਕਾਰਡ ਖਾਲੀ ਕਰਤਾ ਹੈ ਵਿਆਹ ਤੋਂ ਬਾਅਦ ਤਾਂ ਇਹਨੇ ਮੇਰੇ ਕ੍ਰੈਡਿਟ ਕਾਰਡ ਵੀ ਰਗੜ ਦੇਣੇ ਤੂੰ ਤਾਂ ਹੁਣੇ ਹੱਥ ਖੜੇ ਕਰ ਗਿਆ ਅਸਲੀ ਸ਼ਾਪਿੰਗ ਤਾਂ ਮੈਂ ਯੂਕੇ ਜਾ ਕੇ ਕਰਨੀ ਆ ਇਹ ਸਾਰੇ ਬਿੱਲ ਆਪੇ ਪੇ ਕਰੀ ਜਾਂਦੀ ਹੈ ਮੈਨੂੰ ਢਿੱਲੀ ਨਹੀਂ ਕਰਨ ਦਿੰਦੀ ਪਾਕਟ ਫਿਕਰ ਨਾ ਕਰੋ ਵਿਆਹ ਤੋਂ ਬਾਅਦ ਕੈਂਚੀ ਤੁਹਾਡੇ ਪਾਕਟ ਤੇ ਚੱਲਣੀ ਹੈ ਅੱਛਾ ਮੈਨੂੰ ਨਹੀਂ ਸੀ ਕਿਦਾ ਪਰ ਵਿਆਹ ਦੇ ਵਿੱਚ ਇਦਾਂ ਪਾਪੜ ਵੀ ਲੈਣੇ ਪੈਂਦੇ ਹਾਂ ਮੀਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਿਆਹ ਤੋਂ ਡਿਲੀ ਪਾਪੜ ਹੈ ਓਕੇ ਵੇਟ ਇੱਕ ਡਰੈਸ ਮੈਂ ਹੋਰ ਲੈ ਕੇ ਆਉਂਗਾ ਸੌਰੀ ਗਾਇਸ ਇਫ ਆਈ ਵਾਸ ਨਾਟ ਰੋਂਗ ਦੈਟ ਗਰਲ ਢਿੱਲੋ ਦੀ ਕੁੜੀ ਨਹੀਂ ਇਹ ਕੁੜੀ ਕਿਤੇ ਪਾਗਲ ਹੈ ਇਹ ਕਿਤੇ ਸ਼ੁਰੂ ਤੋਂ ਪਾਗਲ ਸੀ ਕਿ ਕਿਦਾਂ ਹੋਣਾ ਹੋਈ ਹੈ ਤੁਹਾਨੂੰ ਤਾਂ ਪਤਾ ਹੋਣਾ ਤੇਰੀ ਪੁਰਾਣੀ ਜਾਨ ਹਾਂ ਓਏ ਇਹ ਤਾਂ ਹੋਈ ਹੈ ਮਿੰਟੂ ਪਰ ਛੱਡ ਪਰਾਂ ਹੁਣ ਸਾਨੂੰ ਕੀ ਲੈਣਾ ਇੱਕ ਮਿੰਟ ਇੱਕ ਮਿੰਟ ਆ ਜਿਹੜਾ ਸਰਦਾਰ ਹੈ ਇਹ ਉਹੀ ਨਹੀਂ ਬਾਏ ਬਾਏ ਇੰਡੀਆ ਵਾਲਾ ਵੈਸੇ ਤੇ ਕਿਦਾਂ ਮੈਂ ਟੂਣੇ ਟਾਮਣੇ ਤੇ ਯਕੀਨ ਕਿਦਾਂ ਕਰਦਾ ਹਾਂ ਉਹੀ ਹੈ ਮੈਨੂੰ ਲੱਗਦਾ ਦਿਸ਼ਾ ਦਾ ਰਿਸ਼ਤਾ ਨਾ ਇੰਨੇ ਹੀ ਕਰਾਇਆ ਹੋਣਾ ਆ ਜਿਹੜਾ ਨਾਲ ਤੁਰਿਆ ਫਿਰਦਾ ਜੈਂਕੀ ਜਾਂ ਮੁੰਡਾ ਇਹਦੇ ਨਾਲ ਹੀ ਕਰਾਇਆ ਹੋਣਾ ਤਾਂ ਕਿਦਾਂ ਲੱਗਦਾ ਹੈ ਮੈਨੂੰ ਤਵੀਤ ਕਰਾ ਕੇ ਦੇਣਾ ਪੈਣਾ ਹੀ ਆ ਕਿਦਾਂ ਮਿੰਟ ਮੁੰਡਾ ਤਾਂ ਕੈਂਟ ਹੈ ਬੜੀ ਛੇਤੀ ਨੀਤ ਫਿੱਟੀ ਤੇਰੀ ਮੈਂ ਤਾਂ ਹੁਣ ਜੀ ਕਹਿ ਰਹੀ ਸੀ ਸਾਨੂੰ ਯਾਰ ਇਹਨਾਂ ਗੱਲਾਂ ਦੀ ਕਿਤੇ ਸਮਝ ਹੀ ਨਹੀਂ ਹੈ ਇਹ ਸਰਦਾਰ ਲੋਟਸ ਆਫ ਦੰਦੀਆਂ ਕੋ ਕੱਢ ਰਿਹਾ ਹੈ ਵਟ ਆਈ ਵਾਸ ਨਾਟ ਅੰਡਰਸਟੈਂਡ ਯੂ ਕੈਨ ਬੰਕ ਕਿਉਂ ਬੋਲ ਰਿਹਾ ਆਈ ਨੋ ਮਿੰਟੂ ਇਸ ਵਾਰੇ ਤਾਂ ਮੈਂ ਸੋਚਿਆ ਹੀ ਨਹੀਂ ਫਿਰ ਸੋਚ ਯੂ ਨੋ ਜਦ ਤੱਕ ਜਿਹਾ ਹੁਣ ਵਿਆਹ ਨਹੀਂ ਨਾ ਹੋ ਜਾਂਦਾ ਮੈਂ ਤੇ ਕਿਦਾਂ ਹੁਣ ਯੂਕੇ ਵਾਲਿਆਂ ਆਈ ਥੋਟ ਦੇ ਆਰ ਆ ਐਲੀਫੈਂਟ ਟੀਥ ਐਲੀਫੈਂਟ ਟੀਥ ਫਾਰ ਈਟਿੰਗ ਹੋਰ ਫਾਰ ਚੀਟਿੰਗ ਹੋਰ ਹਾਂ ਮਤਲਬ ਗੇਮ ਲੱਗਦਾ ਉੱਪਰ ਵਾਲੇ ਨੇ ਗੇਮ ਦੁਬਾਰੇ ਆਪਣੇ ਹੱਥਾਂ ਵਿੱਚ ਦੇਤੀ ਹੁਣ ਫਿਰ ਖੇਡਾਂਗੇ ਚੱਲ ਓ ਸ਼ੀ ਇਜ਼ देयर ਨਾਓ ਲੁੱਕ ਐਟ ਹਰ ਉਹਦੇ ਵੱਲ ਕੀ ਦੇਖੀ ਜਾਨੀ ਹੈ ਜਸਟ ਫੋਰਗੋਟ ਹਿਮ ਰਿਮੈਂਬਰ ਮੀ ਆਈ ਐਮ ਪਰਮਨੈਂਟ ਚੱਲ ਜਸਟ ਫੋਲੋ ਮੀ ਓ ਹੈਲੋ ਚੱਲ ਹੁਣ ਕੀ ਸੋਚ ਰਹੇ ਹੋ ਦਿਸ਼ਾ ਜੀ ਕੋਈ ਟੈਨਸ਼ਨ ਟੈਨਸ਼ਨ ਹੀ ਟੈਨਸ਼ਨ ਹੈ ਕਿੰਨੀ ਦੇਰ ਲੁਕੋ ਕੇ ਰੱਖਾਂਗੇ ਸੱਚ ਨੂੰ ਲੈ ਜਦੋਂ ਤੈਨੂੰ ਠੀਕ ਲੱਗਿਆ ਜਾ ਕੇ ਦੱਸ ਦਈਂ ਆਪਣੇ ਘਰਦਿਆਂ ਨੂੰ ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਦੱਸਣਾ ਤੂੰ ਦੱਸਣਾ ਜਾਂ ਤੇਰੇ ਘਰਦਿਆਂ ਨੇ
हेलो की गल आज बड़ी काली अलामा लेन दी किद्या की मतलब मतलब कलगियां ला लिया सेरे बन ले किधर तू है कौन जिने जाना सी बेहोन बट यू बॉयज एंटर्ड विद जाली आईडीज यार तू गल करता तेरी प्रॉब्लम की है लॉट्स ऑफ क्लेवरी छड्डो नकली यूके वाले हो ए मेरी गल रुपिंदर गरेवाल नु भी समझा दी गिल्ला वाले नु मैं किधर तेरे ना गल हेलो टाइम वेस्ट ना कर दलजीत जगाड़ी केम टू मी एट द स्पॉट ऑफ मित्रां दा टापा हेलो ए अज नवा स्यापा केड़ा पै गया विच यार हेलो हां रूप अपनी कीती कराई खूच पै चली सारी तो की हो गया तू आके छड्डी जन्ना बस कबाड़ा हो गया अपना